ਬਜ਼ੁਰਗ ਔਰਤ ਮਹਿੰਦਰ ਗੌਰ ਨੇ ਕੰਗੜਾ ਨੂੰ ਸੁਨਾਈਆਂ ਖਰੀਆਂ ਖਰੀਆਂ ਮਸਾਉ ਪਿੱਛੇ ਜਾਂਦੀ ਫਿਰਦੀਆਂ ਗਲਤ ਬੋਲਦੀ ਕੌੜੀ ਗੰਦੀ ਆ ਉਹ ਤੇ ਮੇਰੇ ਇੱਥੇ ਖੇਚ ਨਰਮਾ ਚ ਹੋਏ ਕਿ ਮੈਂ 600 ਰੁਪਏ ਦੇਣੀ ਚੋਣਗਨ ਕੁਆਟਰ ਦਾ ਤੇ ਮੈਂ 700 ਦੇ ਦੂੰਗੀ ਉਹਨੂੰ ਬਠਿੰਡਾ ਦੇ ਪਿੰਡ ਬਹਾਦਰਗੜ ਜੰਡੀਆਂ ਦੀ ਰਹਿਣ ਵਾਲੀ 80 ਸਾਲਾਂ ਮਹਿੰਦਰ ਗੌਰ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਵਿੱਚ ਹਿੱਸਾ ਲੈ ਰਹੀ ਹੈ ਜਿਸ ਦੇ ਚਲਦੇ ਬੀਤੇ ਦਿਨ ਹੀ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਚੱਲੋ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਜਿਸ ਅੰਦੋਲਨ ਵਿੱਚ ਮਹਿੰਦਰ ਗੌਰ ਨੇ ਵੀ ਹਿੱਸਾ ਲਿਆ ਸੀ ਅਤੇ ਇਸ ਬਜ਼ੁਰਗ ਮਹਿਲਾ ਦੀ ਫੋਟੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ਅਤੇ ਹਰ ਪਾਸੇ ਸ਼ਲਾਗਾ ਕੀਤੀ ਜਾ ਰਹੀ ਸੀ ਪਰੰਤੂ ਦੂਜੇ ਪਾਸੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਬਾਲੀਵੁੱਡ ਐਕਟਰ ਕੰਗਨਾ ਰਣੋਤ ਨੇ ਇਸ ਦੀ ਫੋਟੋ ਆਪਣੇ ਟਵਿੱਟਰ ਅਕਾਊਂਟ ਦੇ ਜ਼ਰੀਏ ਪਾ ਕੇ ਭद्दी ਸ਼ਬਦਾਵਲੀ ਵਰਤਦੇ ਹੋਏ ਕਿਹਾ ਕਿ ਇਹ ਮਹਿਲਾ 100-100 ਰੁਪਏ ਵਿੱਚ ਧੰਨੇ ਵਿੱਚ ਸ਼ਾਮਲ ਹੁੰਦੀਆਂ ਨੇ ਇਸਦੇ ਰੋਸਵਜੋਂ ਮਹਿੰਦਰ ਕੌਰ ਨੇ ਆਪਣਾ ਜਵਾਬ ਕੰਗਨਾ ਰਣੋਦ ਨੂੰ ਦਿੱਤਾ ਮਹਿੰਦਰ ਕੌਰ ਨੇ ਕਿਹਾ ਕਿ ਪਿਛਲੇ 9 ਤੋਂ 10 ਸਾਲ ਹੋ ਗਏ ਇਸ ਅੰਦੋਲਨ ਵਿੱਚ ਜੁੜਿਆ ਹੋਇਆ ਬੁੜਾਪੇ ਵਿੱਚ ਵੀ ਖੇਤੀਬਾੜੀ ਦਾ ਕੰਮ ਕਰਨਾ ਪੈਂਦਾ ਅਸੀਂ ਕਿੱਥੇ ਉਸ ਨੂੰ ਜਾਣਦੇ ਹਾਂ ਕੰਗਨਾ ਰਣੋਦ ਨੂੰ ਉਸਨੇ ਕਿੱਥੇ 100 ਰੁਪਏ ਲੈਂਦੇ ਵਿਖਿਆ ਇੱਥੇ ਸਾਡਾ ਨਰਮਾ ਚੁਕਦੀਆਂ ਫਿਰਦੀਆਂ ਨੇ 600 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਦਿੰਨੇ ਆ ਮੈਂ ਉਸ ਨੂੰ ਕਹਿਣਾ ਚਾਹੁੰਨੀ ਆ ਮੈਂ 700 ਰੁਪਏ ਕੁਇੰਟਲ ਦਿੰਨੀ ਆ ਆ ਜਾ ਇੱਥੇ ਬਜ਼ੁਰਗ ਔਰਤ ਮਹਿੰਦਰ ਕੌਰ ਨੇ ਕੰਗਨਾ ਦੀ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਉਸ ਨੂੰ ਕੀ ਪਤਾ ਖੇਤੀ ਕੀ ਹੁੰਦੀ ਹੈ ਕਿਸਾਨਾਂ ਦੀ ਕਮਾਈ ਕਿਵੇਂ ਹੁੰਦੀ ਹੈ ਜਦੋਂ ਗਰਮੀ ਹੁੰਦੀ ਹੈ ਕਿਸਾਨਾਂ ਦਾ ਖੂਨ ਗਰਮ ਹੁੰਦਾ ਹੈ ਰੋਲ ਕੇ ਪੈਸਾ ਬਣਦਾ ਹੈ ਕਿਸਾਨਾਂ ਦਾ ਪੈਸਾ ਬਹੁਤ ਔਖਾ ਬਣਦਾ ਹੈ ਅਸੀਂ ਕਿਹੜਾ ਕੋਈ ਬਲੈਕ ਕੀਤੀ ਹੈ ਧੁੱਪੇ ਛਾਵੇਂ ਰਹਿ ਕੇ ਪੈਸਾ ਬੰਨਦਾ ਮੋਦੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ ਜਿਹੜੇ ਕਾਨੂੰਨ ਮੋਦੀ ਲੈ ਕੇ ਆਇਆ ਉਸ ਨੂੰ ਵਾਪਸ ਲਵੇ ਨਹੀਂ ਤਾਂ ਕਿਸਾਨਾਂ ਨੇ ਸੜਕਾਂ ਉੱਤੇ ਰੋਲਣਾ ਹੀ ਰੋਲਣਾ ਕਿਸਾਨਾਂ ਨੂੰ ਪਹਿਲਾਂ ਹੀ ਬਹੁਤ ਕੰਮ ਹੁੰਦੇ ਨੇ ਘਰ ਵਿੱਚ ਕਿਸਾਨ ਨੇ ਵੇਲੇ ਨਹੀਂ ਹੁੰਦੇ ਕਿ ਧੰਨੇ ਲਗਾਉਣ ਬਜ਼ੁਰਗਔਰਤ ਨੇ ਕਿਹਾ ਕਿ ਕਿਸਾਨਾ ਦੀਆਂ ਮੰਗਾ ਪੂਰੀਆਂ ਕਰੇ મોદી ਸਰਕਾਰ ਹੁਣ ਵੀ ਮੈਂ ਕਿਸਾਨਾਂ ਦੇ ਅੰਦੋਲਨ ਵਿੱਚ ਜਾਵਾਂਗੀ ਜੇ ਮਰਗੀ ਤਾਂ ਦੇਸ਼ ਦੀ ਸੇਵਾ ਹੋਜੂ ਸੰਗਤ ਗਏ ਸੀ ਉੱਥੇ ਤੇ ਉਹਦੇ ਵੀ ਛੜਕ ਕੇ ਬੈਠ ਰਹੇ ਤੇਲ ਪੰਪ ਕੋਲ ਹੀ ਬੈਠੇ ਸੀ ਤੇ ਉੱਥੇ ਉਹ ਵੀ ਕਿਸਾਨ ਮੈਨੂੰ ਬੋਲਦੇ ਵੀ ਬੀਬੇ ਤੇਰੀ ਮੁੰਡੇ ਆਖਣ ਲੱਗੇ ਵੀ ਕਿਹੜਾ ਪਿੰਡ ਹੈ ਤੇਰਾ ਮੈਂ ਕਿਹਾ ਬਹਾਦਰਗੜ ਜੰਡੀਆਂ ਕਿੰਨੀ ਉਮਰ ਹੈ ਤੇਰੀ ਮੈਂ ਕਿਹਾ ਤੁਹਾਨੂੰ ਦਿੱਦੀ ਹੈ ਭਾਈ ਹੋਊਗੀ ਸਿਸਰ ਅੱਜ਼ੀ ਗਏ ਸੀ ਸਾੜ ਦੀਆਂ ਵੀ ਅਨਪੜ੍ਹ ਜੀ ਬੁੜੀਆਂ ਸਾਹਵ ਜਲਾ ਕੇ ਆਖਿਆ ਮੇਰੇ ਕੋਲ ਕਿਹੜੇ ਜਨਮ ਪੱਤਰੀ ਏ ਕਿਹਦੀ ਖਰਸਾਨਾਂ ਦੇ ਹੱਕ ਚ ਆਏ ਆ ਖਰਸਾਨ ਵਿਚਾਰੇ ਉੱਥੇ ਧਰਨਾ ਲਈ ਬੈਠੇ ਸੀ ਉੱਥੇ ਆਪਦੇ ਹੱਕ ਮੰਗਦੇ ਆ ਉੱਥੇ ਆਪਦੀਆਂ ਪੈਲੀ ਦੇ ਭਾਅ ਮੰਗਦੇ ਆ ਤੇ ਮੋਦੀ ਨੇ ਖਰਸਾਨਾਂ ਲਈ ਜਿਹੜਾ ਰੱਖਲਾ ਤਿੰਨ ਕਾਨੂੰਨ ਕਾਲੇ ਪਾਸ ਕੀਤੇ ਉਹ ਬਾਸ ਲੈ ਕਿਸਾਨ ਆਪਦੇ ਹੱਕ ਮੰਗਦੇ ਆ ਨਾ ਜੇਲਾਂ ਤੋਂ ਡਰਦੇ ਨਾ ਥਾਣਿਆਂ ਤੋਂ ਡਰਦੇ ਨਾ ਮਰਨ ਤੋਂ ਡਰਦੇ ਆ ਉਹਦਾ ਦਾ ਨਾ ਜੀਵਨ ਤਿਆਗੀ ਬੈਠੇ ਤਲੀ ਤੇ ਤੇਰੀ ਮਿੱਠੀ ਮਰ ਜਾਗੇ ਸਾਡੀਆਂ ਜੀਨਾਂ ਜਾਇਦਾਦਾਂ ਖੋਈ ਦੀਆਂ ਸਾਡੇ ਹੱਕ ਖੋਹੀ ਦੇ ਆ ਸਾਡੇ ਘਰ ਪੂਰੇ ਨਹੀਂ ਹੁੰਦੇ ਫਸਲਾਂ ਦਾ ਭਾਅ ਸਾਨੂੰ ਪੂਰੇ ਦਿੱਤੇ ਜਾਣ ਸਾਡੇ ਹੱਕ ਦਿੱਤੇ ਜਾਣ ਸਾਨੂੰ ਸਰਕਾਰ ਸਾਡੇ ਸਿਰ ਤੇ ਹੱਥ ਰੱਖ ਕੇ ਤੇ ਕਿੱਥੇ ਸਾਡੇ ਗਲੇ 'ਚ ਫਾਹੀ ਪਾਈ ਖੜੀ ਗਲ ਘੋੜ ਲੀਏ ਇਹਦਾ ਕਹਿਰ ਨਾ ਮਚਾਵੇ ਕਰਸਾਨਾਂ ਦੇ ਹੱਕ ਪੂਰੇ ਜਿਹੜੇ ਕਾਲੇ ਕੰਮ ਨੇ ਮੋਦੀ ਆਪਸੇ ਵਾਅਦਾ ਲਗਿਆ ਉਹਦੇ ਥੇ ਕੋਈ 600 ਰੁਪਏ ਦੇਣ ਜਾਂਦੇ ਇਸ ਤਾਂ ਆਪ ਦੇ ਖੇਤੀ ਕਰਨ ਦੇ ਨਰਮਾ ਚੂਗੀ ਜਾਂਦੀਆਂ ਚੋਣੀਆਂ ਚੂਗੀ ਜਾਂਦੀਆਂ ਚੋਪਾ ਮੇਰਾ 5000 ਦਾ ਪਾ ਦੇ ਨਰਮਾ ਪੰਡਾ ਬਣ ਕੇ ਰਹਿਣੀ ਤੇ ਮੈਂ 100 ਰੁਪਏ ਨੂੰ ਕੀ ਕਰੂੰਗੀ ਤੇ ਮੇਰਾ ਭਾਵਾ ਉੱਥੇ 20 ਬਣ ਪੱਕਾ ਨਰਮਾ ਲੈ ਜਾਣ ਚੋਕੀ ਤੇ ਮੈਂ ਉਹਦੀ ਰਾਖੀ ਨਾ ਰੱਖਾਂ ਮੈਂ ਕੋਈ 100 ਰੁਪਏ ਲੈ ਕੇ ਨਹੀਂ ਗਈ ਬਟਾ ਸਭ ਕਣਕ ਦੀ ਜਿਹਨਾਂ ਨਾਲ ਖੜੇ ਝੋਨੇ ਵਾਲੇ ਵੱਢ ਵਿਹਲੇ ਪਏ ਐ ਤੇ ਅਸੀਂ ਆਪਦੀ ਖੇਤੀ ਕਰਦੀਏ ਕਣਕਾਂ ਨੂੰ ਪਾਣੀ ਲਾਉਣ ਵਾਲੇ ਬੈਠੇ 100 ਰੁਪਏ ਲੈ ਕੇ ਮੈਂ ਕਰਨੇ ਮੈਂ ਤਾਂ ਚੋਣੀਆਂ ਕੋਲ ਜਾਨੀ ਆ ਜੋ ਆਹ ਨਰਮਾ ਬੀਜ ਦੇ ਫਿਰਦੇ ਤੇ ਚੋਣੀਆਂ ਭਾਵਾ ਨਰਮਾ ਡੋਢਮਾ ਚਾਪਾ ਲੈ ਜਾਣ ਪੰਡਾ ਬਣ ਕੇ ਤੇ ਕਿਲੋ ਦਾ ਭਾਅ ਤਾਂ ਕਿੰਨਾ ਕਿੰਨਾ ਹੱਕ 50 60 ਰੁਪਏ ਤੇ ਮੈਨੂੰ 100 ਰੁਪਏ ਕਰੀ ਉਹ ਤਾਂ 2 ਕਿਲੋ ਨਰਮਾ ਲਈਆਂ ਤਾਂ ਮੇਰਾ ਤਾਂ ਘਰ ਪੂਰਾ ਕਰਤਾ ਮੈਂ 100 ਪਿੱਛੇ ਜਾਂਦੀ ਫਿਰਦੀ ਆ ਗਲਤ ਬੋਲਦੀ ਕੌੜੀ ਗੰਦੀ ਆ ਉਹ ਇਸ ਤਰ੍ਹਾਂ ਨਾ ਬੋਲੇ ਮੇਰ ਨੂੰ ਗਲਤ ਗੱਲ ਨਾ ਆ ਕੇ ਸੋਚ ਕੇ ਬੋਲੇ ਕੋਈ ਆ ਸੀਟਾ ਕੀ ਦੀ ਨਹੀਂ ਸੰਸੀਦ ਜਿਹੜਾ ਕੋਈ ਜਿਹੜੋ ਕਰਿਆ ਤੇ ਉਹੀ ਪਾਵੇ ਮੈਂ ਨਹੀਂ ਸੀ ਤੇ ਨਹੀਂ ਤੇ ਮੈਨੂੰ ਆਲੀ ਆ ਕਿ ਮੈਨੂੰ ਵੀ 100 ਰੁਪਏ ਲੈਂਦੀ ਏ ਤੇ ਮੇਰੇ ਇੱਥੇ ਖੇਚ ਨਰਮਾ ਚ ਹੋਏਗਾ ਮੈਂ 600 ਰੁਪਏ ਦੇਣੀ ਚੋਣੀਆਂ ਨੂੰ ਆਟਰ ਦਾ ਤੇ ਮੈਂ 700 ਦੇ ਦੂੰਗੀ ਉਹਨੂੰ ਤੇ ਮੈਂ ਸਾਧਨ ਕਈ ਚੱਕਰ ਦੀਆਂ ਖਾਲੇ ਸਵਾਰ ਦੀਆਂ ਪਾਣੀ ਲਾਉਣੀ ਆ ਰਾਤ ਨੂੰ ਤੇ ਮੈਂ ਪਾਣੀ ਦੀ ਵਾਰੀ ਛੱਡ ਕੇ ਉੱਥੇ ਜਾਂਦੀ ਫਿਰਦੀ ਦਿੱਲੀ ਮੇਰੇ ਤਾਂ ਪਾਣੀ ਦੀ ਵਾਰੀ ਐਸ ਵਾਰ ਨੂੰ ਇੱਕ ਵਾਰ ਨੂੰ ਮੈਂ ਪਾਣੀ ਲਾਉਣ ਜਾਣ ਮੈਂ ਮੁੜਿਆਉਂਗਾ ਤੁਹਾਨੂੰ ਤੇ ਤਾਂ ਪਾਣੀ ਲੈਣੇ ਖੇਚਣਾ ਬੱਚੇ ਦੇ ਕੋਲ ਮੈਂ ਬੰਨਾ ਬੰਨਾ ਤੇ ਬੈਣੀ ਆ ਮੈਂ ਤਾਂ ਕੋਲੇ ਪਾਣੀ ਲਵਾਉਣੀ ਹੁੰਨੀ ਆ ਮੈਂ 100 ਰੁਪਏ ਪਿੱਛੇ ਨਹੀਂ ਜਾਂਦੀ ਉਹਦੇ ਟਿਰ ਗਏ ਜੇ ਲਾਣ ਤੇ ਚਰਦੀ ਕਲਾ ਟੈਮ ਟੀਵੀ ਲਈ ਬਠਿੰਡਾ ਤੋਂ ਕੈਮਰਾਮੈਨ ਜਸਵਿੰਦਰ ਅਰੋੜਾ ਦੇ ਨਾਲ ਜਗਸੀਰ ਪੁੱਲਰ ਦੀ ਰਿਪੋਰਟ